ਹਾਂ ਜੀ ਬਾਈ, ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਜਿਉਂ ਸਮਾਧੀ ਬਾਬਾ ਨਿਰਮਲ ਨਾਥ ਜੀ ਦੀ, ਸਤਰ ਸਾਹਿਬ ਹੇਠ ਮੇਰੇ ਵੀਰ ਸਾਂਝੇ ਪਿਜਨ ਕੁੱਪ ਕਿਲਾ ਦੇ ਵੱਲੋਂ ਬਾਈ ਮਾਂ ਕਬੂਤਰਬਾਜੀ ਦਾ ਮੇਰੇ ਵੀਰ ਪਹਿਲਾ ਵਿਸ਼ਵ ਕੱਪ ਕਰਵਾਇਆ ਜਾ ਰਿਹਾ ਹੈ ਔਰ ਚਾਰ ਬਾਜੀਆਂ ਵਾਲੀ ਲੀਗ ਕਰਵਾਈ ਜਾਵੇਗੀ ਮੇਰੇ ਵੀਰ। ਐਨ ਕਹਿੰਦੇ ਲੀਗ ਕਰਵਾਉਣ ਦੇ ਵਿੱਚ ਸਾਡੇ ਵੱਡੇ ਵੀਰ ਪਿੰਦਰ ਜੂਐਸਏ ਦਾ ਬਹੁਤ ਵੱਡਾ ਰੋਲ ਹੈ, ਬਹੁਤ ਵੱਡਾ ਸੰਯੋਗ ਹੈ ਇਸ ਵੀਰ ਦੇ ਲਈ, ਦਿਲੋਂ ਦੁਆਵਾਂ ਨੇ। ਔਰ ਆਪਾਂ ਪਹਿਲਾਂ ਸੁਣਦੇ ਹੁੰਦੇ ਸੀ ਵੀ ਕਬੱਡੀ ਦਾ ਵਰਲਡ ਕੱਪ ਹੋਣ ਲੱਗਿਆ, ਕਬੱਡੀ ਦੇ ਵਿੱਚ ਲੀਗ ਚੱਲਣ ਲੱਗੀ ਹੈ ਮੇਰੇ ਵੀਰ, ਪਰ ਸਾਂਝੇ ਪਿਜਨ ਕਲੱਬ ਨੇ ਪਹਿਲੀ ਵਾਰ ਰੀਤ ਤੋੜ ਦਿੱਤੀ ਹੈ ਮੇਰੇ ਵੀਰ, ਲੀਗ ਕਰਵਾਉਣੀ ਵੀ ਹੈ ਔਰ ਕਬੂਤਰਬਾਜੀ ਦਾ ਵੱਡਾ ਵਿਸ਼ਵ ਕੱਪ ਵੀ ਕਰਵਾਇਆ ਜਾਵੇਗਾ ਮੇਰੇ ਵੀਰ, ਚਾਰ ਬਾਜੀਆਂ ਦੀ ਲੀਗ ਵੀ ਕਰਵਾਈ ਜਾਵੇਗੀ ਕਿਉਂਕਿ ਸਾਂਝੇ ਪਿਜਨ ਕਲੱਬ ਕੁੱਪ ਕਲਾਂ ਦੀਆਂ ਬਾਜੀਆਂ ਦੀ ਮੇਰੇ ਵੀਰ ਹਰ ਇੱਕ ਖਿਡਾਰੀ ਨੂੰ, ਜੂਨੀਅਰ ਔਰ ਸੀਨੀਅਰ ਖਿਡਾਰੀ ਨੂੰ ਮੇਰੇ ਵੀਰ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਹੈ। ਉਹ ਇੰਤਜ਼ਾਰ ਦੀਆਂ ਘੜੀਆਂ ਜਿਹੜੀਆਂ ਖਤਮ ਹੋਈਆਂ ਮੇਰੇ ਵੀਰ, ਇਹ ਉਹ ਬਾਜੀ ਹੈ ਜਿੱਦਾਂ ਅੰਬਰਾਂ ਦੇ ਵਿੱਚ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਵੀ ਤਾਰੇ ਤੇ ਬਹੁਤ ਹੁੰਦੇ ਆ, ਇੱਕ ਧਰੂਮ ਤਾਰਾ ਹੁੰਦਾ ਮੇਰੇ ਵੀਰ ਜਿਹਦੀ ਵੱਖਰੀ ਪਹਿਚਾਣ ਹੁੰਦੀ ਹੈ ਅੰਬਰਾਂ ਦੇ ਮੇਰੇ ਵੀਰ, ਓਦਾਂ ਹੀ ਆਹ ਕਹਿੰਦੇ ਸਾਂਝਾ ਪਿਜਨ ਕਲੱਬ ਕੁੱਪਕਲਾਂ ਦੀ ਮੇਰੇ ਵੀਰ ਪੂਰੇ ਪੰਜਾਬ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਮੇਰੇ ਵੀਰੋ ਇੱਕ ਵੱਖਰੀ ਪਹਿਚਾਣ ਹੈ। ਇੱਥੋਂ ਵੱਡੇ ਵੱਡੇ ਸਟਾਰ ਬਣ ਕੇ ਜਾਂਦੇ ਆ, ਇੱਥੋਂ ਪਤਾ ਲੱਗਦਾ ਜਿਹੜਾ ਇੱਥੋਂ ਜਿੱਤਦਾ ਹੈ ਉਹ ਚੋਟੀ ਦਾ ਮਾਲਕ ਹੁੰਦਾ ਮੇਰੇ ਵੀਰ, ਉਹ ਚੋਟੀ ਦਾ ਮਾਲਕ ਹੁੰਦਾ। ਬੜਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਖਿਡਾਰੀਆਂ ਨੂੰ, ਹੁਣ ਕਈਆਂ ਨੇ ਤਾਂ ਜਦੋਂ ਮੈਂ ਇਹ ਬਾਜੀ ਦੱਸਣੀਆਂ ਨਾ ਕਈਆਂ ਨੇ ਹੁਣੀ ਫੂਨ ਚੱਕ ਕੇ ਨੰਬਰ ਡਾਇਲ ਕਰਨਾ ਵੀ ਆਪਾਂ ਪਹਿਲਾਂ ਪਹਿਲਾਂ ਕਬੂਤਰ ਐਂਟਰ ਕਰਾ ਲਈਏ, ਪਰ ਹੁਣ ਘਬਰਾਉਣ ਦੀ ਕੋਈ ਗੱਲ ਨੀ, ਸਾਰੀ ਰਿਕਾਰਡਿੰਗ ਧਿਆਨ ਨਾਲ ਸੁਣਿਓ, ਤੁਹਾਡੇ ਮਤਲਬ ਦੀਆਂ ਗੱਲਾਂ ਨੇ ਇਹ ਤੁਹਾਡੇ ਲਈ ਵੇਰਵੇ ਦੱਸਣ ਲੱਗਿਆ ਮੇਰੇ ਵੀਰ। ਔਰ ਇਹ ਪਹਿਲੀ ਵਾਰ ਜਿਹੜਾ ਲੀਗ ਕਰਵਾਈ ਜਾਵੇਗੀ ਮੇਰੇ ਵੀਰ, ਐਨ ਸਾਂਝੇ ਪਿਜਨ ਕਲੱਬ ਦੇ ਵੱਲੋਂ ਵੱਡੇ ਵੱਡੇ ਰਿਕਾਰਡ ਬਣਨਗੇ ਮੇਰੇ ਵੀਰ, ਪਰ ਜੋ ਲੀਗ ਜਿੱਤੇਗਾ ਮੇਰੇ ਵੀਰ ਉਹ ਕਹਿੰਦੇ ਕਬੂਤਰਬਾਜੀ ਦਾ ਵੱਡਾ ਵਿਸ਼ਵ ਕੱਪ ਜਿਹੜਾ ਉਸ ਦੇ ਵਿੱਚ ਐਂਟਰ ਹੋ ਜਾਵੇਗਾ ਮੇਰੇ ਵੀਰ। ਜੋ ਚਾਰ ਬਾਜੀਆਂ ਦੀ ਲੀਗ ਕਰਵਾਈ ਜਾਵੇਗੀ ਉਹਨਾਂ ਦੇ ਵਿੱਚੋਂ ਮੇਰੇ ਵੀਰ ਹਰ ਬਾਜੀ ਦੇ ਵਿੱਚੋਂ 30 ਪਿਛਲੇ ਕਬੂਤਰ ਲਏ ਜਾਣਗੇ ਮੇਰੇ ਵੀਰ, ਜੋ ਪੰਜਾਬ ਦਾ ਵੱਡਾ ਕਬੂਤਰਬਾਜੀ ਦਾ ਕੱਪ ਕੁੱਪ ਕਲਾਂ ਦੀ ਧਰਤੀ ਤੇ 19 ਮਈ 2024 ਨੂੰ ਕਰਵਾਇਆ ਜਾਵੇਗਾ ਇਹ ਜ਼ਿਲ੍ਹੇ ਮਰੇਲਕੋਟਲੇ ਦੇ ਪਿੰਡ ਮੇਰੇ ਵੀਰ। ਪਹਿਲਾਂ ਤੇ ਲੀਗ ਜਿੱਤਣੀ ਪੈਣੀ ਹੈ ਕਿਉਂਕਿ ਪਹਿਲਾਂ ਸਾਧਾਂ ਨਾਲ ਟੱਕਰਾਂ ਲਾਉਣੀਆਂ ਪੈਣੀਆਂ ਮੇਰੇ ਵੀਰ, ਜਿਵੇਂ ਬਾਈ ਅਮਰੀਕ ਖੋਸੇ ਕੋਟਲੇ ਵਾਲਾ ਕਹਿੰਦਾ ਹੁੰਦਾ ਕਬੱਡੀ ਦੇ ਵਿੱਚ ਵੀ ਹੁਣ ਤੱਕ ਜਿੰਨੇ ਵੀ ਰੇਡਰ ਆਇਆ ਮੂਹਤੇ ਹੋ ਕੇ ਆਇਆ ਮੇਰੇ ਵੀਰ, ਉਹ ਗੋਡਿਆਂ ਭਾਰ ਆਇਆ, ਪਰ ਇੱਥੇ ਵੀ ਨਸਲਾਂ ਤੋਂ ਜ਼ੋਰ ਲਵਾਉਣਾ ਪੈਣਾ, ਖੇਡਾਂ ਪਰਖਣੀਆਂ ਪੈਣੀਆਂ, ਖੁੱਡਿਆਂ ਦੇ ਸ਼ਿੰਗਾਰ ਛੱਡਣੇ ਪੈਣੇ ਆ, ਖੁੱਡਿਆਂ ਦੇ ਕਿੰਗ ਛੱਡਣੇ ਪੈਣੇ ਆ, ਤਾਂ ਇਹ ਲੀਗ ਜਿੱਤੀ ਜਾਣੀ ਹੈ। ਗੱਲਾਂ ਕਰਕੇ ਕੁਝ ਨੀ ਬਣਨਾ, ਇਹ ਸਾਂਝਾ ਪਿਜਨ ਕਲੱਬ ਹੈ, ਹਰ ਸਾਲ ਬਾਜੀਆਂ ਦੇ ਵਿੱਚ ਨਖਾਰ ਲਿਆਉਂਦੇ ਆ ਮੇਰੇ ਵੀਰ, ਹਰ
ਹਰ ਸਾਲ ਬਾਜ਼ੀਆਂ ਦੇ ਵਿੱਚ ਵੱਖਰੇ ਨਖਾਰ ਲਿਆਉਂਦੇ ਆ ਮੇਰੇ ਵੀਰ, ਪਰ ਇੱਕ ਖਿਡਾਰੀ ਦੇ ਨਾਮ ਤੇ ਇੱਕ ਕਬੂਤਰ ਹੀ ਛਡਵਾਇਆ ਜਾਵੇਗਾ ਮੇਰੇ ਵੀਰ। ਪਰ ਹੁਣ ਕਿਸੇ ਖਿਡਾਰੀ ਨੂੰ ਨਾਰਾਜ਼ ਨਹੀਂ ਕੀਤਾ ਜਾਵੇਗਾ, ਜਿਹੜਾ ਮਰਜ਼ੀ ਕਬੂਤਰ ਲਿਖਾਵੇ, ਚਾਹੇ ਉਹ ਸੀਨੀਅਰ ਖਿਡਾਰੀ ਹੈ ਚਾਹੇ ਜੂਨੀਅਰ ਖਿਡਾਰੀ ਹੈ। ਮੇਰੇ ਵੀਰ ਇਹ ਹਜੇ ਤੱਕ ਕਲੱਬ ਦੇ ਵੱਲੋਂ ਖੁੱਲੇ ਸੱਦੇ ਹੈ, ਵੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਉਂਦਾ, ਕੌਣ ਲੀਗ ਚੋਂ ਜਿੱਤ ਕੇ ਉਹ ਕਹਿੰਦੇ ਵਰਲਡ ਕੱਪ ਦੇ ਵਿੱਚ ਐਂਟਰ ਹੁੰਦਾ ਕੁੱਪ ਕਲਾਂ ਦੀ ਧਰਤੀ ਤੇ, ਕਿਹੜਾ ਦੇਖਦੇ 19 ਮਈ ਨੂੰ ਐਨ ਪਹਿਲਾ ਮੋਟਰਸਾਈਕਲ ਜਿੱਤਦਾ ਮੇਰੇ ਵੀਰੋ। ਪਰ ਮੋਟਰਸਾਈਕਲ ਵਾਲੀ ਵੀ ਗੱਲਬਾਤ ਐਂਦਾ ਮੇਰੇ ਵੀਰੋ, ਅੱਗੇ ਅੱਗੇ ਬੇਰਵਾ ਦੱਸਣਾ ਪੈਣਾ, ਅੱਗੇ ਅੱਗੇ ਬੇਰਵਾ ਦੱਸਦੇ ਜਾਵਾਂਗੇ। ਇਹ ਸਾਂਝਾ ਪਿਜਨ ਕਲੱਬ ਹੈ ਮੇਰੇ ਵੀਰੋ, ਉਹ ਕੁੱਪ ਕਲਾਂ ਵਾਲੇ ਜਦੋਂ ਵੀ ਪਾਉਂਦੇ ਆ ਪੜਾਕਾ ਪਾਉਂਦੇ ਆ ਇੱਥੋਂ ਸਟਾਰ ਬਣਦੇ ਆ, ਇੱਥੋਂ ਖਿਡਾਰੀਆਂ ਦੀ ਚੋਣ ਹੁੰਦੀ ਹੈ ਮੇਰੇ ਵੀਰੋ। ਫਿਰ ਪਤਾ ਲੱਗਦਾ ਵੀ ਇਹਨੇ ਪੰਜਾਬ ਦੀ ਲੀਗ ਜਿੱਤੀ ਹੈ, ਇਹਨੇ ਪੰਜਾਬ ਦਾ ਵਰਲਡ ਕੱਪ ਜਿੱਤ ਲਿਆ ਕਹਿੰਦੇ ਕੁੱਪ ਕਲਾਂ ਦੀ ਧਰਤੀ ਤੋਂ, ਉਹਨੂੰ ਚੋਟੀ ਦਾ ਮੰਨ ਲਓ, ਦੇਖਾਂਗੇ ਕੌਣ ਕਿਹੜਾ ਖਿਤਾਬ ਲੈਂਦਾ। ਇਹ ਸਮੇਂ ਦੀਆਂ ਬਾਤਾਂ ਹੋਣਗੀਆਂ ਮੇਰੇ ਵੀਰ। ਔਰ ਪਹਿਲਾ ਲੀਗ ਮੁਕਾਬਲਾ ਮੇਰੇ ਵੀਰ 1 ਮਈ ਪਿੰਡ ਮਾਨਵੀ ਜਿੱਥੇ ਪਹਿਲਾ ਪ੍ਰਾਈਜ ਬ੍ਰਿਜ ਹੋਵੇਗਾ, ਔਰ ਦੂਜਾ ਲੀਗ ਮੁਕਾਬਲਾ 3 ਮਈ ਪਿੰਡ ਧਲੇਰ ਮੇਰੇ ਵੀਰ ਜਿੱਥੇ ਪਹਿਲਾ ਪ੍ਰਾਈਜ ਬ੍ਰਿਜ ਹੋਵੇਗਾ, ਔਰ ਤੀਜਾ ਲੀਗ ਮੁਕਾਬਲਾ 5 ਮਈ ਪਿੰਡ ਸਰੋ ਜਿੱਥੇ ਪਹਿਲਾ ਪ੍ਰਾਈਜ ਬ੍ਰਿਜ ਹੋਵੇਗਾ, ਔਰ ਚੌਥਾ ਲੀਗ ਮੁਕਾਬਲਾ 12 ਮਈ ਪਿੰਡ ਕੰਗਣਵਾਲ ਮੇਰੇ ਵੀਰ ਜਿੱਥੇ ਪਹਿਲਾ ਪ੍ਰਾਈਜ ਬ੍ਰਿਜ ਹੋਵੇਗਾ, ਜਿੱਤ 3 ਜਗ੍ਹਾ ਹੋਵੇਗੀ, ਐਂਟਰੀ ਫੀ ਜਿਹੜੀ 2200 ਹੋਵੇਗੀ ਮੇਰੇ ਵੀਰ। ਔਰ ਜਿਨ੍ਹਾਂ ਭਰਾਵਾਂ ਵੱਲੋਂ ਇਹ ਲੀਗ ਦੇ ਵਿੱਚ ਨਾਮ ਦਿੱਤੇ ਜਾਣਗੇ ਉਹਨਾਂ ਵੀਰਾਂ ਦਾ ਵੀ ਦਿਲੋਂ ਧੰਨਵਾਦ ਹੈ। ਜਿਹੜੀ ਪਹਿਲੀ ਫ੍ਰਿਜ ਹੋਵੇਗੀ ਵੀਰ ਇੰਦਰ ਦੇ ਵੱਲੋਂ ਦਿੱਤੀ ਜਾਵੇਗੀ ਮੇਰੇ ਵੀਰ, ਔਰ ਦੂਜੀ ਫ੍ਰਿਜ ਮਨਪ੍ਰੀਤ ਕੁੱਪ ਦੇ ਵੱਲੋਂ, ਤੀਜੀ ਫ੍ਰਿਜ ਵਿੱਕੀ ਪਾਲੀਏ ਦੇ ਵੱਲੋਂ, ਚੌਥੀ ਫ੍ਰਿਜ ਲਾਡੀ ਕੈਨੇਡਾ ਨੌ ਬਹਾਰ ਕਲਿਆਣ ਮੇਰੇ ਵੀਰ। ਇਹਨਾਂ ਭਰਾਵਾਂ ਦੇ ਵੱਲੋਂ ਇਹ ਜਿਹੜੇ ਕਹਿੰਦੇ ਪ੍ਰਾਈਜ ਦਿੱਤੇ ਜਾਣਗੇ, ਗੱਲਾਂ ਬਾਤਾਂ ਟਿਕਾਣੇ ਲੱਗਣਗੀਆਂ। ਪਰ ਪਹਿਲਾਂ ਲੀਗ ਜਿੱਤਣੀ ਪੈਣੀ ਹੈ, ਮੈਂ ਪਹਿਲਾਂ ਹੀ ਆਖਿਆ ਵੀ ਜ਼ੋਰ ਤੇ ਸਾਰਿਆਂ ਨੇ ਲਾਉਣਾ, ਜ਼ੋਰ ਬਸਰਮ ਹੁੰਦਾ ਆਪਣੀ ਕਹਾਣੀ ਆਪ ਰਹਿ ਜਾਂਦਾ। ਪਰ ਦੇਖੋ ਉਹ ਕੌਣ ਕਿਹਨੂੰ ਕਿਹੜੇ ਵੇਲੇ ਹਰਾ ਕੇ ਵੱਡਾ ਮੱਲ ਬਣਦਾ, ਪਰ ਇੱਥੋਂ ਕਹਿੰਦੇ ਗੱਲਾਂ ਚੱਲਣੀਆਂ ਵੀ ਕਿਹੜਾ ਸੁਪਰ ਸਟਾਰ ਹੈ, ਉਹ ਕਿਹੜਾ ਪੁਰਾਣਾ ਪਾਪੀ, ਆਪਾਂ ਅਕਸਰ ਕਹਿ ਦਿੰਦੇ ਹਾਂ ਵੀ ਆਹ ਖਿਡਾਰੀ ਬੜਾ ਭੈੜਾ, ਉਹ ਮੈਦਾਨ 'ਚ ਪਤਾ ਲੱਗਣਾ, ਮੈਦਾਨ 'ਚ ਪਤਾ ਲੱਗਣਾ ਮੇਰੇ ਵੀਰ। ਦੇਖਾਂਗੇ ਵੀ ਕੌਣ ਮੈਦਾਨ ਜਿੱਤਦਾ, ਕੌਣ ਕਹਿੰਦੇ ਵਰਲਡ ਕੱਪ ਜਿੱਤੂਗਾ ਕਬੂਤਰਬਾਜ਼ੀ ਦਾ। 19 ਮਈ ਹੈ, 2024 ਹੈ, ਕੁੱਪ ਕਲਾਂ ਦੀ ਧਰਤੀ ਹੈ, ਚਲੇ ਮਰੇਲਕੋਟਲੇ ਦਾ ਪਿੰਡ ਹੈ, ਹੱਲਾ ਦੁੱਲਾ ਉਹ ਬੱਲੇ ਬੱਲੇ ਉਹ ਸਾਵਾ ਸਾਵਾ ਉਹ ਖਿੱਚਾ ਤੂੰ ਹੀ ਉਹ ਪੜਾਕੇ ਉਹ ਥਾੜ ਉਹ ਥਾੜ ਪੈਣੇ ਹੈ। ਦੇਖੋ ਦੇਖੋ ਉਹ ਦੇਖੋ ਮੋਟਰਸਾਈਕਲ ਕਿੱਧਰ ਨੂੰ ਜਾਂਦੇ ਹੈ, ਗੱਲਾਂ ਟਿਕਾਣੇ ਲੱਗਣਗੀਆਂ ਮੇਰੇ ਮਿੱਤਰੋ। ਕੌਣ ਕਹਿੰਦੇ ਦੇਖਾਂਗੇ ਕੌਣ ਜਿੱਤਦਾ ਕਬੂਤਰਬਾਜ਼ੀ ਦਾ 22ਵਾਂ ਵਰਲਡ ਕੱਪ ਪਿੰਡ ਕੁੱਪ ਕਲਾਂ ਦੀ ਧਰਤੀ ਦੇ ਮੇਰੇ ਵੀਰ, ਜਿੱਥੇ ਵੱਡੇ ਨਾਮ ਹੋਣਗੇ, ਜਿਹਨਾਂ ਭਰਾਵਾਂ ਵੱਲੋਂ ਨਾਮ ਦਿੱਤੇ ਜਾਣਗੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਹੈ ਮੇਰੇ ਵੀਰ। ਜੋ 19 ਮਈ 2024 ਨੂੰ ਕੁੱਪ ਕਲਾਂ ਦੀ ਧਰਤੀ ਤੇ ਕਬੂਤਰਬਾਜ਼ੀ ਦਾ 22ਵਾਂ ਵਰਲਡ ਕੱਪ ਕਰਵਾਏ ਜਾ ਰਹੇ ਮੇਰੇ ਵੀਰ, ਉਹਦੇ ਵਿੱਚ ਜੋ ਨਾਮ ਦਿੱਤੇ ਜਾਣਗੇ ਸਾਰੇ ਵੀਰਾਂ ਦਾ ਦਿਲੋਂ ਦੁਆਵਾਂ ਨੇ ਮੇਰੇ ਵੀਰ। ਐਨ ਕਹਿੰਦੇ ਮੋਟਰਸਾਈਕਲ ਵਾਲਾ ਵੀ ਓਏ ਬੰਬ ਚੜਦਾ ਬੰਬ ਚੜਦਾ ਬੰਬ ਚੜਦਾ, ਸੋਚਣ ਦੇ ਮਜਬੂਰ ਕਰ ਰਿਹਾ, ਫੂਨ ਕਰਨ ਦੇ ਮਜਬੂਰ ਕਰ ਰਿਹਾ, ਉਹ ਕਈਆਂ ਨੇ ਬੁੜਕ ਬੁੜਕ ਉੱਠਣਾ, ਕਈਆਂ ਨੇ ਉੱਧਰ ਨੂੰ, ਕਈਆਂ ਨੇ ਇੱਧਰ ਨੂੰ, ਕਈਆਂ ਦਾ ਨੋਟਿਚੀ ਬਲਾਉਣਾ ਫੂਰ ਪਰ। ਉਹ ਬਾਤਾਂ ਸਮੇਂ ਦੀਆਂ ਹੋਣਗੀਆਂ ਮੇਰੇ ਮਿੱਤਰੋ। ਐਨ ਕਹਿੰਦੇ ਪਹਿਲਾ ਪ੍ਰਾਈਜ ਮੋਟਰਸਾਈਕਲ ਹੈ ਮੇਰੇ ਵੀਰ, ਇਹ ਮੋਟਰ
ਸਾਡੀ ਧੂਰੀ USA ਵੱਲੋਂ, ਤੀਜਾ ਪ੍ਰਾਈਜ ਮੋਟਰਸਾਈਕਲ ਜੱਸੀ ਕੈਨੇਡਾ ਦੇ ਵੱਲੋਂ, ਚੌਥਾ ਪ੍ਰਾਈਜ ਮੋਟਰਸਾਈਕਲ ਹੈਪੀ ਨੰਬਰਦਾਰ ਕੈਨੇਡਾ ਦੇ ਵੱਲੋਂ ਮੇਰੇ ਵੀਰੋ, ਪੰਜਵਾਂ ਪ੍ਰਾਈਜ ਮੋਟਰਸਾਈਕਲ ਦੀਦਾਰ ਸਿੰਘ ਪਟਵਾਰੀ ਦੇ ਵੱਲੋਂ, ਐਂਟਰੀ ਫੀ ਜਿਹੜੀ ਉਹ 5000 ਹੋਵੇਗੀ ਮੇਰੇ ਵੀਰੋ, ਜੋ ਲੀਗ ਦੇ 4 ਮੈਚ ਜਿੱਤਣਗੇ ਮੇਰੇ ਵੀਰੋ, ਜੋ ਲੀਗ ਦੇ ਵਿੱਚੋਂ ਚਾਰੇ ਬਾਜੀਓ ਚੋਂ ਪਿਛਲੇ 30-30 ਕਬੂਤਰ ਰੱਖੇ ਜਾਣਗੇ, ਜੋ ਮਗਰੋਂ 30-30 ਕਬੂਤਰ ਰਹਿਣਗੇ ਮੇਰੇ ਵੀਰੋ, ਉਹ ਵਰਲਡ ਕੱਪ ਦੇ ਵਿੱਚ ਉੱਡਣਗੇ, ਤਾਂ ਲੜ ਲੱਗਣਗੇ ਟਿਕਾਣੇ, ਔਰ ਕਹਿੰਦੇ 6ਵਾਂ ਪ੍ਰਾਈਜ ਡੋਲੀ ਹੋਵੇਗੀ ਮੇਰੇ ਵੀਰੋ, ਇਹ ਬਾਈ ਬਾਬੂ ਜੀ ਕੁੱਪ ਦੇ ਵੱਲੋਂ ਦਿੱਤੀ ਜਾਵੇਗੀ, 7ਵਾਂ ਅਨਾ ਪੱਖਾ ਹੋਵੇਗਾ ਸਰਬਣ ਕੁੱਪ ਦੇ ਵੱਲੋਂ ਦਿੱਤਾ ਜਾਵੇਗਾ ਮੇਰੇ ਵੀਰ, ਔਰ ਆਪਾਂ NRI ਵੀਰਾਂ ਦਾ ਵੀ ਦਿਲੋਂ ਧੰਨਵਾਦ ਕਰਾਂਗੇ, ਜਿਨ੍ਹਾਂ ਦਾ ਵੱਡਾ ਪ੍ਰਾਲਾ ਜਿਹੜੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਮੇਰੇ ਵੀਰ, ਚੰਨਾ ਬਾਬਾ ਖੁੱਡੀਆਂ ਜੋ ਕਿ ਟੌਪ ਦੀਆਂ ਬਾਜ਼ੀਆਂ ਕਰਵਾਉਂਦੇ ਆ ਮੇਰੇ ਵੀਰ, ਦਿਲੋਂ ਧੰਨਵਾਦ ਹੈ ਚੰਨੇ ਬਾਬੇ ਖੁੱਡੀਆਂ ਵਾਲੇ ਦਾ ਮੇਰੇ ਵੀਰ, ਧੁੱਪ ਕਲਾਂ ਪਿਜਨ ਕਲੱਬ ਦੇ ਨਾਲ ਜੁੜਿਆ, ਦਿਲੋਂ ਦੁਆਵਾਂ ਨੇ ਦਿਲ ਦੀਆਂ ਗਹਿਰਾਈਆਂ ਨੂੰ ਧੰਨਵਾਦ ਹੈ ਮੇਰੇ ਵੀਰ, ਔਰ NRI ਵੀਰਾਂ ਦਾ ਜਿਹਨਾਂ ਦਾ ਬਹੁਤ ਵੱਡਾ ਸਹਿਯੋਗ ਇਸ ਕਲੱਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ, ਉਹਨਾਂ ਵੀਰਾਂ ਦਾ ਵੀ ਦਿਲੋਂ ਧੰਨਵਾਦ ਹੈ ਮੇਰੇ ਵੀਰ, ਹਰਪ੍ਰੀਤ ਆਸਟ੍ਰੇਲੀਆ, ਸੁੱਕ ਕੈਨੇਡਾ, ਚੌਲੀ ਕੈਨੇਡਾ, ਮਨਦੀਪ ਜੂਕੇ, ਲੱਕੀ ਕੈਨੇਡਾ, ਲਾਡੀ ਕੈਨੇਡਾ, ਅਮਨ ਆਸਟ੍ਰੇਲੀਆ ਮੇਰੇ ਵੀਰ, ਐਨ ਕਹਿੰਦੇ ਦਿਲੋਂ ਦੁਆਵਾਂ ਨੇ, ਦਿਲੋਂ ਧੰਨਵਾਦ ਹੈ, ਔਰ ਸਾਰੇ ਸਮੁੱਚੇ ਕਲੱਬ ਦਾ, ਕਲੱਬ ਮੈਂਬਰਾਂ ਦਾ ਵੀ ਧੰਨਵਾਦ ਹੈ, ਔਰ ਸਮੂਹ ਨਗਰ ਕੁੱਪ ਕਲਾਂ ਦਾ ਵੀ ਧੰਨਵਾਦ ਹੈ ਮੇਰੇ ਵੀਰ, ਇਹ ਬਾਜੀ ਜਿਹੜੀ ਲਾਈਵ ਦਿਖਾਈ ਜਾਵੇਗੀ ਮੇਰੇ ਵੀਰ, ਸਾਡੇ ਪੰਜਾਬ ਦੇ ਰਾਹੀਂ ਇਹ ਬਾਜੀ ਜਿਹੜੀ ਲਾਈਵ ਦਿਖਾਈ ਜਾਵੇਗੀ, ਸਾਡਾ ਵੀਰ ਅਵਤਾਰ ਮਲੌਦ ਵਾਲਾ ਜਿਹੜਾ ਬਾਜੀਆਂ ਲਾਈਵ ਕਰੇਗਾ, ਬੜਾ ਸੋਹਣਾ ਲਾਈਵ ਕਰਦਾ ਮੇਰੇ ਵੀਰ, ਕਲੈਟੀ ਵਾਲਾ ਲਾਈਵ ਹੈ, ਐਨ ਕਹਿੰਦੇ ਇਕੱਲੀ ਇਕੱਲੀ ਲੋਕ ਝੋਕੇ ਸਕਰੀਨ ਤੇ ਲੈ ਆਉਂਦਾ, ਲੋਕਾਂ ਚੌਕਾ ਦੂਰ ਕਰਦਾ, ਉਹ ਕਹਿੰਦੇ ਪੜਾਕੇ ਪੈਣਗੇ, ਉਹ 4 ਬਾਜੀਆਂ ਦੀ ਲੀਗ ਹੋਵੇਗੀ, ਇੱਕ ਕਹਿੰਦੇ ਕਬੂਤਰਬਾਜ਼ੀ ਦਾ ਵੱਡਾ ਵਰਲਡ ਕੱਪ ਕਰਵਾਇਆ ਜਾਵੇਗਾ, ਵੱਡਾ ਵਰਲਡ ਕੱਪ ਕਰਵਾਇਆ ਜਾਵੇਗਾ, ਕੁੱਪ ਕਲਾਂ ਦੀ ਧਰਤੀ ਤੇ ਉਹ ਬਾਬਾ ਪਾਰ ਹੋ ਗਿਆ, ਉਹ ਲੋਕੀ ਫੂਨ ਕਰਨ ਲੱਗ ਗਿਆ, ਮੈਨੂੰ ਲੱਗਦਾ ਵੀ ਪਤਾ ਨੀ ਬਣਨਾ ਕੀ ਹੈ, ਉਹ ਕਿਹਨੇ ਚੈਂਪੀਅਨ ਬਣਨਾ, ਪਰ ਲੀਗ ਜਿੱਤਣੀ ਪੈਣੀ ਹੈ, ਜਿਵੇਂ ਇੱਕ ਪਾਸੇ ਨੰਗਲਾ ਪੀਂ ਦਾ ਸੰਦੀਪ ਗਿਣਾ ਹੁੰਦਾ ਹੈ, ਦੂਜੇ ਪਾਸੇ ਪਾਲਾ ਹੈ, ਇੱਕ ਪਾਸੇ ਰੇਡਰ ਸੁਲਤਾਨ ਹੈ, ਉਹ ਚੱਕ ਚੱਕ ਪਰੇ ਕਰਦਾ, ਵੇਖਾਂਗੇ ਉਹ ਮੋਟਰਸਾਈਕਲ ਤੋਂ ਕੌਣ ਕਿਹਨੂੰ ਥੱਲੇ ਲਾਉਂਦਾ, ਕੌਣ ਕਿਹਨੂੰ ਫੜ ਕੇ ਪਾਸੇ ਕਰਦਾ, ਵੀ ਮੋਟਰਸਾਈਕਲ ਦਾ ਜਗਰਾਮਾ ਨੂੰ ਜਾਣਾ ਜਾਂ ਮੋਟਰਸਾਈਕਲ ਮੇਰੇ ਵੀਰ, ਐਨ ਕਹਿੰਦੇ ਸੰਗਰੂਰ ਨੂੰ ਜਾਣਾ ਜਾਂ ਮੋਟਰਸਾਈਕਲ ਜ਼ਿਲ੍ਹੇ, ਐਨ ਕਹਿੰਦੇ ਮਲੇਰਕੋਟਲੇ ਦੇ ਵਿੱਚ ਰਹਿਣਾ ਜਾਂ ਮੋਟਰਸਾਈਕਲ ਉਹ ਮਾਨਸਾ ਨੂੰ ਜਾਣਾ ਜਾਂ ਫਿਰ ਮੋਟਰਸਾਈਕਲ ਫਰੀਦਕੋਟ ਨੂੰ ਜਾਣਾ ਮੇਰੇ ਵੀਰ, ਉਹ ਦੇਖਾਂਗੇ ਜਾਂ ਮੋਟਰਸਾਈਕਲ ਉਹ ਮੁਕਤਸਰੀਏ ਲੈ ਕੇ ਜਾਂਦੇ ਆ ਜਾਂ ਮੋਟਰਸਾਈਕਲ ਫਤਿਹਗੜ੍ਹ ਸਾਹਿਬ ਵਾਲੇ ਲੈ ਕੇ ਜਾਂਦੇ ਆ, ਪੰਜਾਬ ਦੀ ਕਰੀਮ ਪੁੱਜਣੀ ਹੈ, ਦੇਖਾਂਗੇ ਕੌਣ ਟਾਕਰੇ ਕਰਦਾ, ਇੱਕ ਦੂਜੇ ਨੂੰ ਟੱਲ ਪਾਉਂਦਾ, ਕਿਹਦਾ ਸਾਹ ਕੌਣ ਹੈ ਮੇਰੇ ਵੀਰ, ਉਹ ਗੱਲਾਂ ਬਾਤਾਂ ਟਿਕਾਣੇ ਲੱਗਣਗੀਆਂ, ਆਪਾਂ ਸਾਰੇ ਜਿਹੜੇ ਖਿਡਾਰੀ ਵੀਰ ਇਹ ਨੋਟ ਕਰ ਲਵਾਂਗੇ ਮੇਰੇ ਵੀਰੋ।